ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਦੋਸਤੋ, ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਆਰਜੇ ਰਾਜਵੀਰ ਕਲੇਕੇ। ਕਹਾਣੀਆਂ ਸੁਣਾਉਂਦਾ ਹਾਂ। ਅੱਜ ਦੀ ਜੋ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ, ਹਰਪ੍ਰੀਤ ਸਿੰਘ ਜਵੰਦਾ ਜੀ ਦੁਆਰਾ ਲਿਖੀ ਹੋਈ ਹੈ। ਪੂਰੇ 18 ਵਰੇ ਪਹਿਲਾਂ, ਚੰਗੀ ਤਰ੍ਹਾਂ ਯਾਦ ਹੈ, ਅੱਧੀ ਰਾਤ ਨੂੰ ਡਾਕਟਰਾਂ ਤੇ ਨਰਸਾਂ ਦੀਆਂ ਆਵਾਜ਼ਾਂ ਗੂੰਜ ਰਹੀਆਂ ਸਨ। ਬਸ ਥੋੜੀ ਦੇਰ ਹੋਰ ਹਿੰਮਤ ਰੱਖ ਦਈਏ, ਫਿਰ ਵੱਡਾ ਸਾਰਾ ਜਵਾਰ ਪਾਟਾ ਆਇਆ ਤੇ ਅਗਲੇ ਹੀ ਪਲ ਇਹ ਮੇਮਣਾ ਮੇਰੇ ਸਾਹਮਣੇ ਅਚੇਤ ਪਿਆ ਸੀ। ਮੈਂ ਪੀੜਾਂ ਦੇ ਸਮੁੰਦਰ ਵਿੱਚੋਂ ਬਾਹਰ ਆ ਚੁੱਕੀ ਸਾਂ। ਬੈੱਡ ਕੋਲ ਪਏ ਸ਼ੀਸ਼ੇ ਦੇ ਬਕਸੇ ਵਿੱਚ ਵੱਡੇ ਸਾਰੇ ਬਲਬ ਦੀ ਗਰਮੀ ਹੇਠ ਸਥਿਰ ਪਿਆ ਉਹ ਪਤਾ ਨਹੀਂ ਰੋ ਕਿਉਂ ਨਹੀਂ ਸੀ ਰਿਹਾ। ਮੈਨੂੰ ਬੇਅਕਲੀ ਨੂੰ ਇੰਨਾ ਵੀ ਨਹੀਂ ਸੀ ਪਤਾ ਕਿ ਇਹ ਵਾਕਿਆ ਹੀ ਖਤਰੇ ਵਾਲੀ ਗੱਲ ਸੀ। ਕੋਲ ਹੀ ਹੁੰਦੀ ਨਸ ਭੱਜ ਦੇ ਦੌਰਾਨ ਬਾਹਰੋਂ ਮਾਂ ਦੇ ਰੋਣ ਦੀ ਆਵਾਜ਼ ਕੰਨੀ ਪਈ। ਮੇਰਾ ਵੀ ਰੋਣਾ ਨਿਕਲ ਗਿਆ। ਪੱਕਾ ਕੋਈ ਅਨਹੋਣੀ ਹੋ ਗਈ ਹੋਣੀ ਹੈ। ਫਿਰ ਵਾਹਿਗੁਰੂ ਦੀ ਮਿਹਰ ਹੋਈ, ਉਹ ਸਤਮਾਇਆ ਜੰਮ ਪਿਆ ਸੀ, ਅਚਾਨਕ ਹੀ ਉੱਚੀ ਸਾਰੀ ਰੋ ਪਿਆ ਤੇ ਬਾਕੀ ਸਾਰਿਆਂ ਦੀ ਜਾਨ ਵਿੱਚ ਜਾਨ ਆ ਗਈ। ਮੈਂ ਸਾਰੀ ਰਾਤ ਰੋਂਦੇ ਹੋਏ ਨੂੰ ਸੁਣ ਸੁੱਖਾਂ ਮੰਗਦੀ ਰਹੀ, ਅਰਦਾਸਾਂ ਕਰਦੀ ਰਹੀ, ਪਰ ਸ਼ਰਮ ਦੀ ਮਾਰੀ ਉਸਨੂੰ ਘੜੀ ਪਾ ਲਈ ਵੀ ਆਪਣੀ ਝੋਲੀ ਪਾਉਣ ਲਈ ਮੰਗ ਨਾ ਸਕੀ। ਫਿਰ ਦਿਨ ਚੜ੍ਹੇ ਜਦੋਂ ਮਾਂ ਨੇ ਉਸਨੂੰ ਹੌਲੀ ਜਿਹੀ ਮੇਰੇ ਨਾਲ ਪਾਇਆ ਤਾਂ ਇੰਜ ਲੱਗਾ ਜਿੱਦਾਂ ਸੱਤ ਜਹਾਨਾਂ ਦੀਆਂ ਸਾਰੀਆਂ ਖੁਸ਼ੀਆਂ ਮੇਰੇ ਵਜੂਦ ਵਿੱਚ ਸਮੋ ਗਈਆਂ ਹੋਣ। ਫਿਰ 6ਵੀਂ ਜਮਾਤ ਤੱਕ ਉਸਨੂੰ ਮੇਰੇ ਢਿੱਡ ਤੇ ਹੱਥ ਰੱਖੇ ਬਗੈਰ ਨੀਂਦਰ ਨਹੀਂ ਸੀ ਪਿਆ ਕਰਦੀ। ਮੈਨੂੰ ਵੀ ਉਸਦੇ ਪੋਲੇ ਜਿਹੇ ਹੱਥ ਦੀ ਆਦਤ ਪੈ ਗਈ ਸੀ। ਫਿਰ ਇੱਕ ਦਿਨ ਕਿਸੇ ਗੱਲੋਂ ਅੱਗੋਂ ਬੋਲ ਪਿਆ, ਗੁੱਸਾ ਆਇਆ, ਝੰਡ ਕੱਢ ਮਾਰੀ, ਫਿਰ ਆਪਣੇ ਆਪ ਤੇ ਗੁੱਸਾ ਆਇਆ। ਅਖੀਰ ਮਹਿਸੂਸ ਹੋਇਆ ਕਿ ਹੁਣ ਵੱਡਾ ਹੋ ਰਿਹਾ ਹੈ। ਪੂਰੇ 18 ਸਾਲਾਂ ਬਾਅਦ ਅੱਜ ਪਹਿਲੀ ਵਾਰ ਪੜ੍ਹਨ ਲਈ ਸਾਥੋਂ ਕਿੰਨੀ ਦੂਰ ਸੱਤ ਸਮੁੰਦਰ ਪਾਰ ਜਾ ਰਿਹਾ ਸੀ। ਕਦੇ ਕਦੇ ਦਿਲ ਚੋਂ ਹੂਕ ਜਿਹੀ ਉੱਠਦੀ ਤਾਂ ਬੁਰਾ ਹਾਲ ਹੋ ਜਾਂਦਾ। ਫਿਰ ਉਸਦੀ ਅਲਮਾਰੀ, ਭਾਂਡੇ, ਜੁੱਤੀਆਂ, ਕਿਤਾਬਾਂ, ਕੱਪੜੇ ਤੇ ਕਮਰੇ ਵਿੱਚ ਪਿਆ ਉਸਦਾ ਉਂਝ ਹੀ ਉਂਝ ਖਲਾਰਾ ਦੇਖ ਕਲੇਜਾ ਮੂੰਹ ਨੂੰ ਆਉਂਦਾ ਹੈ। ਪਤਾ ਨਹੀਂ ਕਿਉਂ ਲੱਗਦਾ ਕਿ ਕਾਲਜ ਜਾ ਕੇ ਬਦਲ ਜਿਆ ਗਿਆ ਸੀ। ਸਾਰਾ ਦਿਨ ਬਸ ਸੈੱਲ ਫੋਨ ਤੇ, ਕਦੇ ਹੱਸ ਪਿਆ ਕਰਦਾ ਤੇ ਕਦੇ ਸੀਰੀਅਸ। ਕਦੀ ਕਦੀ ਤੇ ਸ਼ੱਕ ਜਿਹਾ ਵੀ ਪੈਂਦਾ ਕੋਈ ਗਰਲਫ੍ਰੈਂਡ ਹੀ ਨਾ ਬਣਾ ਲਈ ਹੋਵੇ। ਜਿਉਣ ਜੋਗਾ ਜਾਣ ਲੱਗਿਆ ਚੱਜ ਨਾਲ ਮਿਲ ਕੇ ਵੀ ਤਾਂ ਨਹੀਂ ਸੀ ਗਿਆ। ਕਹਿੰਦਾ, ਮੰਮਾ ਕੋਈ ਫਿਕਰ ਨਾ ਕਰ, ਸਭ ਕੁਛ ਠੀਕ ਹੋਜੂ, ਫੋਨ ਕਰਿਆ ਕਰੂੰ ਰੋਜ਼। ਪਰ ਜਦੋਂ ਹੌਲੇ ਪੈ ਗਏ ਦਿਲ ਕੋਲੋਂ ਵਿਛੋੜਾ ਹੋਰ ਨਹੀਂ ਸਹਿਆ ਜਾਂਦਾ ਤਾਂ ਅਕਸਰ ਹੀ ਅੱਖਾਂ ਪੁੰਝਦੀ ਬਾਹਰ ਮਨੀ ਪਲਾਂਟ ਦੀ ਲੰਬੀ ਹੁੰਦੀ ਜਾਂਦੀ ਵੇਲ ਕੋਲ ਆਣ ਬਹਿੰਦੀ ਹਾਂ। ਫਿਰ ਆਪਣੇ ਆਪ ਨੂੰ ਤਸੱਲੀਆਂ ਦਿੰਦੀ ਹਾਂ ਕਿ ਇਸ ਦੁਨੀਆਂ ਵਿੱਚ ਅੱਗੇ ਵਧਣ ਵਾਸਤੇ ਆਪਣੀਆਂ ਜੜ੍ਹਾਂ ਤੋਂ ਤਾਂ ਦੂਰ ਹੋਣਾ ਹੀ ਪੈਂਦਾ ਹੈ ਇੱਕ ਦਿਨ। ਫਿਰ ਕੀ ਹੋਇਆ ਜੇ ਅੱਜ ਚਲਾ ਗਿਆ, ਅਖੀਰ ਇੱਕ ਦਿਨ ਤੇ ਜ਼ਰੂਰ ਮੋੜਾ ਪਾਊ। ਫਿਰ ਗੁਆਂਢ ਵਾਲੇ ਰੰਧਾਵਾ ਸਭ ਚੇਤੇ ਆ ਜਾਂਦੇ। ਸਾਰੀ ਦਿਹਾੜੀ ਲੰਮੇ ਪਏ ਬਸ ਇੱਕ ਟੱਕ ਗੇਟ ਵੱਲ ਤੱਕਦੇ ਹੋਏ, ਪਤਾ ਨਹੀਂ ਕਿਸ ਨੂੰ ਹਾਕਾ ਮਾਰਦੇ ਰਹਿੰਦੇ। ਉਹਨਾਂ ਵਾਲਾ ਵੀ ਤਾਂ ਇੱਕ ਦਿਨ ਇਹੀ ਕੁਝ ਆ ਕੇ ਗਿਆ ਸੀ, ਮੁੜ ਆਵਾਂਗਾ, ਫਿਕਰ ਨਾ ਕਰਿਓ। ਪਰ ਨਾ ਅੱਜ ਤੱਕ ਆਪ ਮੁੜਿਆ ਤੇ ਨਾ ਉਹਨਾਂ ਨੂੰ ਹੀ ਆਪਣੇ ਕੋਲ ਬੁਲਾਇਆ।
ਕਈ ਵਾਰੀ ਅੱਧੀ ਰਾਤ ਨੌਕਰ ਨੂੰ ਜਗਾ ਕੇ ਗੇਟ ਖੋਲਣ ਘੱਲਦੇ ਹੋਏ ਮੈਂ ਆਪ ਦੇਖਿਆ। ਸ਼ਾਇਦ ਕੋਈ ਝੋਲਾ ਪੈਂਦਾ ਹੋਣਾ ਹੈ। ਮੈਂ ਫੇਰ ਉਦਾਸੀਆਂ ਦੇ ਡੂੰਘੇ ਸਮੁੰਦਰ ਵਿੱਚ ਜਾ ਡੁੱਬਦੀ ਹਾਂ। ਪਤਾ ਨਹੀਂ ਕਿਹੋ ਜਿਹਾ ਰਿਸ਼ਤਾ ਬਣਾਇਆ ਹੈ ਬਣਾਉਣ ਵਾਲੇ ਨੇ, ਸਿੱਧਾ ਆਂਦਰਾਂ ਨੂੰ ਹੀ ਖੋਰੀ ਜਾਂਦਾ ਹੈ। ਦੁਨੀਆਂ ਸਾਵੇਂ ਹੱਸਦਾ ਹੋਇਆ ਅੰਦਰੋਂ ਅੰਦਰੀ ਚੱਤੇ ਪੈਰ ਹੰਝੂਆਂ ਦੀ ਝੜੀ ਲਾਈ ਰੱਖਦਾ ਹੈ। ਅੱਧੀ ਰਾਤ ਦੇ ਤੌਖਲੇ, ਫਿਕਰਾਂ ਦੇ ਪੰਧ, ਮਾਏ ਨੀ ਮੈਂ ਕਿਨੂੰ ਆਖਾਂ ਦਰਦ ਵਿਛੋੜੇ ਦਾ ਹਾਲ ਨਹੀਂ। ਫਿਰ ਵੋਟਾਂ ਮੰਗਦੀ ਗੰਦੀ ਸਿਆਸਤ ਦੇ ਬਦਸੂਰਤ ਮੋਹਰੇ ਅਤੇ ਨਪੁੰਸਕ ਸਰਕਾਰਾਂ ਦੇ ਖੋਖਲੇ ਵਾਅਦੇ ਚੇਤੇ ਆ ਜਾਂਦੇ। ਨਾ ਇਹੋ ਜਿਹੇ ਹਾਲਾਤ ਪੈਦਾ ਕਰਦੀਆਂ ਤੇ ਨਾ ਹੀ ਅਣਗਿਣਤ ਜਿਗਰ ਦੇ ਟੋਟੇ ਅੱਖੋਂ ਓਹਲੇ ਕਰਨੇ ਪੈਂਦੇ। ਕੰਧਾਂ ਕੋਠੇ ਟੱਪਦਾ ਗਿਆ ਸਮੁੰਦਰ ਟੱਪ, ਜਿੰਨੀ ਵੱਡੀ ਛਾਲ ਸੀ ਓਨੀ ਵੱਡੀ ਸੱਟ। ਧੰਨਵਾਦ ਦੋਸਤੋ, ਕਹਾਣੀ ਪਸੰਦ ਆਵੇ ਤੇ ਆਪਣੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣੀ। ਸ਼ੁਕਰੀਆ। ਮੁੜ ਮਿਲਾਂਗੇ ਇੱਕ ਹੋਰ ਨਵੀਂ ਕਹਾਣੀ ਦੇ ਨਾਲ।